ਇਸ ਸਥਾਨ ਤੇ ਮਹਾਂਪੁਰਖਾਂ ਨੇ ਸਿਮਰਨ ਕੀਤਾ। ਉਹ ਸਿਮਰਨ ਦੀ ਸ਼ਕਤੀ ਕਿੱਡੀ ਸ਼ਕਤੀ ਸੀ ਕਿ ਸਾਹਮਣੇ ਜਿਹੜਾ ਸਰੋਵਰ ਬਣਿਆ ਤੇ ਇੱਥੇ ਕੋਈ ਗਰੀਬ ਘਰ ਰਹਿੰਦਾ ਸੀ, ਸੰਗਤ ਨੇ ਸੁਣਿਆ ਹੋਇਆ ਪਹਿਲਾਂ ਵੀ, ਉਹ ਕਿਸੇ ਵੱਡੇ ਘਰ ਦੀ ਬੱਕਰੀ ਮਰ ਗਈ। ਉਹ ਜਦੋਂ ਬੱਕਰੀ ਮਰੀ, ਬੰਦਾ ਚੱਕ ਕੇ ਘਰੇ ਉਹਨੇ ਜਾ ਕੇ ਦੱਬਤਾ। ਗਰੀਬ ਘਰ ਦੇ ਬੱਚੇ ਸੀ, ਬੱਚਿਆਂ ਨੇ ਕੀ ਕੀਤਾ, ਧਰਤੀ ਚੋਂ ਪੁੱਟਿਆ ਤੇ ਬੱਕਰੀ ਕੱਢ ਲਈ। ਹੁਣ ਗਰੀਬ ਬੰਦਾ ਤਾਂ ਗੁਰਮੁਖ ਪਿਆਰੇ, ਮੇਰੀ ਮਾਤਾ ਦੱਸਦੀ ਹੁੰਦੀ ਕਹਿੰਦੀ ਇੰਨੀ ਗਰੀਬੀ ਹੁੰਦੀ ਪੁਰਾਣੇ ਸਮਿਆਂ ਦੇ ਵਿੱਚ ਕਿ ਲੋਕ ਮਰੇ ਹੋਇਆਂ ਦੇ ਮੂੰਹ ਜਿਹੜੇ ਸਿੱਕੇ ਪੈਂਦੇ ਆ ਨਾ, ਉਹ ਜਲਦੀ ਚਿਖਾਂ ਚੋਂ ਕੱਢ ਕੇ ਲਿਆਉਂਦੇ ਸੀ, ਇੰਨੀ ਗਰੀਬੀ ਹੁੰਦੀ ਸੀ। ਲੋਕਾਂ ਨੇ ਦੇਖੀ ਹੋਈ ਹੈ ਗਰੀਬੀ, ਹੁਣ ਤਾਂ ਕਿਹੜੀ ਗਰੀਬੀ ਰਹਿ ਗਈ, ਸਾਰਿਆਂ ਨੂੰ ਰੋਟੀ ਮਿਲਦੀ ਹੈ ਖਾਣ ਨੂੰ, ਪਹਿਲਾਂ ਤਾਂ ਖਾਣ ਨੂੰ ਵੀ ਰੋਟੀ ਨਹੀਂ ਸੀ ਲੋਕਾਂ ਕੋਲ। ਗੁਰਮੁਖ ਪਿਆਰੇ ਉਹ ਬੱਕਰੀ ਬੱਚਿਆਂ ਨੇ ਕੱਢੀ, ਇਹ ਪਿੰਡ ਨੇ ਸਾਰੇ ਨੇ ਮੈਨੂੰ ਦੱਸਿਆ ਤੇ ਮੈਂ ਜਦੋਂ ਬਚਪਨ ਚ ਆਉਂਦਾ ਸੀ ਉਦੋਂ ਉਹ ਪਰਿਵਾਰ ਵੀ ਸੀ, ਬੱਕਰੀ ਕੱਢੀ ਇੱਥੇ ਸਰੋਵਰ ਦੇ ਵਿੱਚੋਂ ਜਲ ਕੱਢਿਆ ਤੇ ਬੱਕਰੀ ਨੂੰ ਪਿਲਾਤਾ। ਕਹਿੰਦੇ ਬਾਬਾ ਸਾਧੂ ਰਾਮ ਜਿਉਂਦਾ ਕਰਦੇ ਜਿਉਂਦਾ ਕਰਦੇ ਜਿਉਂਦਾ, ਤੇ ਉਹ ਬੱਕਰੀ ਦਾ ਮੇਮਣਾ ਜਿਉਂਦਾ ਹੋ ਗਿਆ, ਭਰਿਆ ਹੋਇਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਏਡੀ ਵੱਡੀ ਕਰਾਮਾਤ ਕਿ ਮਰੇ ਹੋਏ ਨੂੰ ਜਿਉਂਦਾ ਕਰ ਦਿੱਤਾ, ਇਹ ਸ਼ਕਤੀ ਕਿਹਦੀ ਹੈ ਭਲਾ? ਸ਼ਕਤੀ ਕਿਹਦੀ ਹੈ? ਨਾਮ ਦੀ। ਕਈ ਚੀਜ਼ਾਂ ਸਾਡੀ ਸਮਝ ਵਿੱਚ ਨਹੀਂ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਹੈ ਹੀ ਨਹੀਂ। ਸਰੋਵਰ ਦੇ ਵਿੱਚ ਸ਼ਕਤੀ ਕਦੋਂ ਆਈ? ਜਦੋਂ ਨਾਮ ਆਇਆ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਕਿਉਂ ਉਤਰਦੇ ਨੇ? ਕਿਉਂਕਿ ਨਾਮ ਹੈ ਉੱਥੇ ਸਿਮਰਨ। ਇੱਕ ਨਾਮ ਜਪਣ ਦੇ ਨਾਲ ਪਾਣੀ ਅੰਮ੍ਰਿਤ ਹੋ ਗਿਆ, ਨਾਮ ਜਪਣ ਦੇ ਨਾਲ ਇੱਕ ਆਮ ਧਰਤੀ ਤੀਰਥ ਬਣ ਗਈ, ਨਾਮ ਜਪਣ ਦੇ ਨਾਲ ਇੱਕ ਆਮ ਜਿਹਾ ਦਰਖਤ ਉਹਦੇ ਪੱਤੇ ਵੀ ਪੂਜਣ ਲੱਗ ਗਏ। ਉਹ ਬੰਦਿਆ, ਜੇ ਤੂੰ ਨਾਮ ਸਰੀਰ ਵਿੱਚ ਲੈ ਜਾਏ, ਤੇਰਾ ਸਰੀਰ ਰੱਬ ਬਣ ਜਾਣਾ, ਤੇਰਾ ਰੋਮ ਰੋਮ ਰੱਬ ਬਣ ਜਾਣਾ। ਪਰ ਅਸੀਂ ਸਿਮਰਨ ਲੈ ਕੇ ਨਹੀਂ ਜਾਂਦੇ, ਪਰਮਾਤਮਾ ਦੇ ਸਿਮਰਨ ਨਾਲ ਜੁੜੋ ਭਾਈ। ਰੋਜ਼ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦੇ ਪਾਠ ਕਰਿਆ ਜਾਵੇ ਜ਼ਰੂਰ।